ਰਾਜੀ ਅਸਲਾਮ ਵਾਲੇਕਮ ਜਨਾਬ। ਅੱਜ ਮਾਸ਼ਾਅੱਲਾ ਅਸੀਂ ਤਾਂਲਾ ਮੰਡੀ ਦਾ ਜਨਾਬ ਵਿਜ਼ਿਟ ਕਰ ਰਹੇ ਜੀ। ਮਾਸ਼ਾਅੱਲਾ ਸ਼ੌਕੀਨ ਹਜ਼ਰਾਤ ਮਾਸ਼ਾਅੱਲਾ ਕਾਫੀ ਇੱਥੇ ਆਏ ਹੋਏ ਨੇ। ਇਹ ਦੇਖੋ ਮਾਸ਼ਾਅੱਲਾ ਸਾਡੇ ਦੋਸਤ ਨੇ ਵੀਡੀਓ ਵੀ ਬਣਾ ਰਹੇ ਨੇ ਔਰ ਬੜਾ ਲੁਤਫ ਅੰਦੋਜ਼ ਹੋ ਰਹੇ ਨੇ। ਸਾਡੇ ਸ਼ਾਹ ਜੀ ਵੀ ਖੜੋਤੇ ਹੋਏ ਨੇ ਮਾਸ਼ਾਅੱਲਾ। ਇਹਨਾਂ ਕੋਲ ਵੀ ਜਾਨਵਰ ਕਾਫੀ ਨੇ, ਲੇਕਿਨ ਮੰਡੀ ਅਮੀਨਪੁਰ ਨਾ ਲੱਗਣ ਦੀ ਵਜ੍ਹਾ ਨਾਲ ਉਹਨਾਂ ਕੋਲ ਡੇਰਿਆਂ ਦੇ ਉੱਤੇ ਜਾਨਵਰ ਖੜੇ ਨੇ। ਇਨਸ਼ਾਅੱਲਾ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜਾਨਵਰ। ਅਤੇ ਮਾਸ਼ਾਅੱਲਾ ਮੌਜੂਦਾ ਜਿਹੜੇ ਜਨਾਬ ਜਾਨਵਰ ਇੱਥੇ ਤਾਂਦਲਾ ਮੰਡੀ ਦੇ ਵਿੱਚ ਆਏ ਹੋਏ ਨੇ, ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਹੈ ਡਾਂਸਰ ਵਾਲਾ, ਡਾਂਸ ਵਾਲਾ ਹੈਗਾ ਸਾਵਾ, ਵਪਾਰੀ ਹੈ, ਉਹ ਲੈ ਕੇ ਪਰਾਂ ਨੱਸ ਪਿਆ। ਅਤੇ ਇੱਕ ਸਫੇਦ ਛਾਪੇਦਾਰ ਖੜੋਤੀ ਹੈ, 5 ਲੱਖ ਰੁਪਇਆ ਜਨਾਬੇ ਦੀ ਡਿਮਾਂਡ ਕਰਦਾ ਬੰਦਾ। ਅਤੇ ਇੱਕੋ ਜਿਹੜਾ ਡਾਂਸਰ ਹੈਗਾ ਉਹਦਾ ਵੀ ਰੇਟ ਸ਼ੇਟ ਅਸੀਂ ਪੁੱਛਣੇ, ਇਹਦਾ ਰੇਟ ਸ਼ੇਟ ਕੀ ਹੈਗਾ।6 ਲੱਖ ਰੁਪਇਆ ਲੋ ਜੀ ਮਾਸ਼ਾਅੱਲਾ। ਤੁਸੀਂ ਦੇਖੋ ਯਾਰ, ਕਿਵੇਂ ਤੂੰ ਚੁੱਪ ਚੁੱਪ ਕਰਕੇ ਖੜਾ ਹੋਇਆ? ਮੈਂ ਉਹ ਤਾਂ ਫੜਦਾ ਨਾ ਹੋਰ ਕੀ ਆ ਲੈਂਦੇ ਨਾ ਕੋਈ ਨਹੀਂ ਕੋਡਨ ਨਸ਼ਾ ਲੈਂਦੇ ਡੰਗਰ ਹੈ ਨਾ ਆਪਣੇ ਉਹ ਨਹੀਂ ਖੜੇ ਹੋਏ ਕੋਲ ਉਹ ਠੀਕ ਹੈ ਸ਼ੁਕਰ ਅੱਲਾ ਸੁਣਾ ਐਸ ਕੀ ਮੰਡੀ ਚੰਡੀ ਕੋ ਨਹੀਂ ਮੰਡੀ ਗਏ ਲੱਗੀ ਆਈ ਨਹੀਂ ਯਾਰ ਲੱਗੀ ਡਾਕ ਡੋਲ ਦੀ ਆਈ ਲੱਗ ਗਈ ਆਈ ਅੱਛਾ ਮਰ ਜਾਣਾ ਉਸ ਵਿੱਚ ਆ ਕਿਨੇ ਇਹਦੇ ਅਮੀ ਬੋਰ 3-4 ਜਾਨਵਰ ਵਿੱਚ ਅੱਛਾ ਮੈਂ ਤਾਂ ਉਹਦੇ ਕੋਲੋਂ ਪੁੱਛਿਆ ਸ਼ਾਹ ਕੋਲੋਂ ਕਹਿੰਦਾ ਨਹੀਂ ਲੱਗੀ ਕੋਈ ਉਹ ਸ਼ੁਦ ਕੋਈ ਨਾ ਆਏ ਹਾਂ ਅਸੀਂ ਗਏ ਸੇ ਡਾਲਿਆਂ ਨੇ ਪਾ ਕੇ ਹਾਂ ਕਿੰਨਾ ਕ ਡੰਗਰ ਆਇਆ ਸੀ ਇਹਨਾਂ ਕਾ ਆਇਆ ਸੀ ਨਹੀਂ 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 ਬਹੁਤ ਤੇਰੇ ਹੀ ਤੇਰੇ ਕੋਲੇ ਸੀ 25 ਡੰਗਰ ਆ ਸਾਰੇ ਅੱਛਾ ਹੋਰ ਐਂ ਤਾਂ 6 ਲੱਖ ਰੁਪਏ ਮੰਗਦਾ ਸੀ ਲੋ ਜੀ ਛਾਪਾ ਨੁਕਰੀ ਕਿੱਧਰ ਗਿਆ ਨਹੀਂ ਨਹੀਂ ਉਹ ਦੂਜਾ ਮੁਹੰਮਦ ਨਵਾਜ਼ ਨੰਬਰ ਜਨਾਬ ਆਪਣਾ ਦੱਸਿਆ ਜੀ 03 41 ਹਾਂਜੀ 77 94 ਹਾਂ ਜੀ 436 ਇਹਦੇ 'ਚ ਕਿੰਨੀ ਕੁ ਕਮੀ ਪੇਸ਼ੀ ਹੋ ਜਾਏਗਾ ਨੌਕਰੀ 'ਚ ਕੋਈ 50 ਦੀ ਹੋ ਸਕਦੀ 5.5 ਦੀ ਕਰ ਅੱਛਾ ਅਤੇ ਨੰਬਰ ਵਟਸਐਪ ਦੇ ਵੀ ਇਹੋ ਜੀ ਜੀ ਦੋ ਡੰਗਰ ਹੀ ਲੈਂਦੇ ਜੀ ਇੱਕ ਸਾਵਾ ਦਿੱਕ ਹੈ ਅੱਧਾ ਡੰਗਰ ਹੈ ਅੱਛਾ ਦੂਸਰੇ ਤਾਂ ਮੇਰੇ ਉਹ ਖੜੇ